ਵੱਡੀ ਖਬਰ ਪੰਜਾਬ ਦੀ ਕਿਸਾਨੀ ਨਾਲ ਜੁੜੀ ਹੋਈ ਹੈ। ਕਿਸਾਨ ਅੰਨਦਾਤਾ ਆਖਿਰ ਪਰੇਸ਼ਾਨ ਕਿਉਂ ਹੈ? ਦਿੱਲੀ ਦੀਆਂ ਬਰੂਹਾਂ ਤੇ 3 ਖੇਤੀ ਕਾਨੂੰਨ ਵਾਪਸ ਕਰਵਾਏ, ਪਰ ਜਿਹੜੀਆਂ ਮੰਗਾਂ ਹਾਲੇ ਤੱਕ ਪੂਰੀਆਂ ਨਹੀਂ ਹੋ ਸਕੀਆਂ ਉਹਨਾਂ ਤੇ ਚਰਚਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਕਿਸਾਨਾਂ ਦੇ ਸੰਸੇ ਸ਼ਿਕਵੇ ਤੇ ਦੁੱਖ ਸੁਣਨ ਜਾ ਰਹੇ ਨੇ। ਕਈ ਮੰਗਾਂ ਨੇ ਜਿਨ੍ਹਾਂ ਤੇ ਅੱਜ ਚਰਚਾ ਹੋਣੀ ਹੈ, ਕਿ ਕਿਸਾਨ ਲਗਾਤਾਰ ਕਹਿ ਰਹੇ ਸੀ ਕਿ ਸਾਡੀਆਂ ਮੰਗਾਂ ਤੇ ਧਿਆਨ ਨਹੀਂ ਦਿੱਤਾ ਜਾ ਰਿਹਾ। ਸਾਡੇ ਸਹਿਯੋਗੀ ਰੋਹਿਤ ਬਾਂਸਲ ਸਾਡੇ ਨਾਲ ਬਣ ਗਏ ਨੇ, ਗੱਲਬਾਤ ਕਰਦੇ ਹਾਂ। ਰੋਹਿਤ, ਮੰਗਾਂ ਉਹੀ ਨੇ, ਕਾਫੀ ਸਮੇਂ ਤੋਂ ਪੁਰਾਣੀਆਂ ਨੇ, ਲੱਗਦਾ ਕਿ ਅੱਜ ਦੀ ਮੀਟਿੰਗ ਦੇ ਵਿੱਚ ਕੋਈ ਰਿਜ਼ਲਟ ਨਿਕਲ ਸਕਦਾ? ਦੇਖੋ, ਬਿਲਕੁਲ ਪਿਛਲੇ ਦਿਨਾਂ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ, ਗੈਰ ਰਾਜਨੀਤਿਕ ਜਿਨ੍ਹਾਂ ਨੇ ਕੋਈ ਵੀ ਇਲੈਕਸ਼ਨ ਨਹੀਂ ਲੜਿਆ, ਉਹਨਾਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ 3 ਦਿਨ ਦਾ ਧਰਨਾ ਦਿੱਤਾ ਗਿਆ ਔਰ ਇੱਕ ਵਾਅਦਾ ਕੀਤਾ ਗਿਆ ਕਿ 3 ਦਿਨਾਂ ਬਾਅਦ ਧਰਨਾ ਚੱਕ ਦਿੱਤਾ ਜਾਏਗਾ। ਕਿਸਾਨ ਆਪਣੇ ਵਾਅਦੇ ਤੇ ਖਰੇ ਵੀ ਉਤਰੇ। ਮੰਗਾਂ ਬਹੁਤ ਸਾਰੀਆਂ ਸੀ ਜਿਨ੍ਹਾਂ ਦੇ ਵਿੱਚ ਕੁਝ ਮੰਗਾਂ ਅਜਿਹੀਆਂ ਜਿਹੜੀਆਂ ਕੇਂਦਰ ਦੇ ਨਾਲ ਸੰਬੰਧਿਤ ਨੇ, ਪਰ ਕੁਝ ਮੰਗਾਂ ਪੰਜਾਬ ਦੇ ਨਾਲ ਸੰਬੰਧਿਤ ਨੇ। ਖਾਸ ਤੌਰ ਤੇ ਹਾਲੇ ਤੱਕ ਵੀ ਬਹੁਤ ਸਾਰੇ ਕਿਸਾਨ ਅਜਿਹੇ ਨੇ ਜਿਹੜੇ ਦਿੱਲੀ ਅੰਦੋਲਨ ਦੇ ਵਿੱਚ ਆਪਣੀ ਜਿਹੜੀ ਜਾਨ ਹੈ ਉਹ ਗਵਾ ਗਏ, ਪਰ ਹਾਲੇ ਤੱਕ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਨਹੀਂ ਮਿਲ ਸਕੀਆਂ। ਬਹੁਤ ਸਾਰੇ ਕਿਸਾਨ ਅਜਿਹੇ ਨੇ ਜਿਨ੍ਹਾਂ ਨੂੰ ਹਾਲੇ ਤੱਕ ਮੁਆਵਜ਼ਾ ਰਾਸ਼ੀ ਹੈ ਜਿਹੜੀ ਉਹ ਨਹੀਂ ਜਾਰੀ ਹੋ ਸਕੀ। ਇਸੇ ਦੇ ਨਾਲ ਹੀ ਬਹੁਤ ਸਾਰੇ ਕਿਸਾਨਾਂ ਦਾ ਕਹਿਣਾ ਸੀ ਕਿ ਤੇਲੰਗਾਨਾ ਸਰਕਾਰ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਨਾਲ ਰਲ ਕੇ ਜਿਹੜੇ ਚੈੱਕ ਦਿੱਤੇ ਗਏ ਸੀ, ਉਸ ਦੇ ਪੈਸੇ ਵੀ ਹਾਲੇ ਤੱਕ ਉਹਨਾਂ ਨੂੰ ਨਹੀਂ ਮਿਲ ਸਕੇ। ਬਹੁਤ ਸਾਰੇ ਕਿਸਾਨਾਂ ਦੇ ਉੱਪਰ ਜਿਹੜੇ ਅਲੱਗ ਅਲੱਗ ਕੇਸ ਦਰਜ ਕੀਤੇ ਗਏ ਨੇ, ਉਹਨਾਂ ਕੇਸ ਨੂੰ ਰੱਦ ਕੀਤਾ ਜਾਵੇ। ਇਸੇ ਦੇ ਨਾਲ ਹੀ ਕਿਸਾਨੇ ਨੂੰ ਜਿਹੜੀ ਮਾਈਨਿੰਗ ਕਰਨ ਦੀ ਪਰਮਿਸ਼ਨ ਉਹ ਦਿੱਤੀ ਜਾਵੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰਾ ਜਿਹੜਾ ਕਹਿ ਲਈਏ ਕਿ ਪਾਣੀ ਦੇ ਨਾਲ ਜਿਹੜੀ ਮਿੱਟੀ ਵਹਿ ਕੇ ਆ ਗਈ ਉਹ ਕਿਸਾਨਾਂ ਦੇ ਖੇਤਾਂ ਦੇ ਵਿੱਚ ਭਰ ਗਈ ਹੈ। ਤਾਂ ਇਹ ਅਜਿਹੀਆਂ ਬਹੁਤ ਸਾਰੀਆਂ ਮੰਗਾਂ ਨੇ ਜਿਹੜੀਆਂ ਸਿੱਧੇ ਤੌਰ ਤੇ ਪੰਜਾਬ ਸਰਕਾਰ ਦੇ ਨਾਲ ਸੰਬੰਧਿਤ ਨੇ। ਖਾਸ ਤੌਰ ਤੇ ਕਹਿ ਲਈਏ ਤਾਂ ਬਹੁਤ ਸਾਰੀਆਂ ਫਸਲਾਂ ਦੀ MSP ਦੀ ਡਿਮਾਂਡ ਹੈ ਜਿਹੜੀ ਉਹ ਪੰਜਾਬ ਸਰਕਾਰ ਤੋਂ ਕੀਤੀ ਜਾ ਰਹੀ ਹੈਗੀ। ਤਾਂ ਇਹਨਾਂ ਮੰਗਾਂ ਨੂੰ ਲੈ ਕੇ ਅੱਜ ਇੱਕ ਵਿਸਤਾਰ ਚਰਚਾ ਜਿਹੜੀ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਹੋਏਗੀ। ਤਾਂ ਦੇਖਣਾ ਹੋਏਗਾ ਕਿ ਕਿੰਨਾ ਕੁ ਕਿਸਾਨਾਂ ਨੂੰ ਮੰਗਾਂ ਜਿਹੜੀਆਂ ਉਹ ਪੂਰੀਆਂ ਹੋ ਪਾਉਂਦੀਆਂ ਔਰ ਕਿੰਨਾ ਕੁ ਜਿਹੜੀ ਸਮਾਂ ਸੀਮਾ ਉਹ ਸਰਕਾਰ ਦੇ ਵੱਲੋਂ ਦਿੱਤੀ ਜਾਂਦੀ ਹੈ, ਕਿਉਂਕਿ ਕਿਸੇ ਵੀ ਮੰਗ ਦੇ ਲਈ ਇੱਕ ਸਮਾਂ ਸੀਮਾ ਜ਼ਰੂਰ ਨਿਰਧਾਰਿਤ ਕੀਤੀ ਜਾਂਦੀ ਹੈ। ਜੀ ਬਿਲਕੁਲ, ਰੋਹਿਤ ਲਾਈਨ ਤੇ ਜੁੜ ਰਹੇ ਹੋ, ਪਰ ਸਵਾਲ ਬਹੁਤ ਵੱਡੇ ਨੇ ਕਿ ਗਵਰਨਰ ਨਾਲ ਵੀ ਮੁਲਾਕਾਤ ਹੋਈ ਸੀ, ਇਹ ਮੁਲਾਕਾਤਾਂ ਦੇ ਬਾਈ ਨੇ ਕੀ ਕੁਛ ਹੋ ਸਕਦਾ?